ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਅਤੇ ਮੈਂ TV84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਅਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ, ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋਅ। ਥੈਂਕ ਯੂ ਵੈਰੀ ਮੱਚ ਜੀ ਡਾਕਟਰ ਸਾਹਿਬ। ਅੱਜ 12 ਮਾਰਚ 2015, 28 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਅਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਕਿਹੜਾ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਅੱਜ ਕੱਲ੍ਹ ਇੱਕ ਪਾਸੇ ਇਹ ਦੌੜ ਲੱਗੀ ਹੋਈ ਹੈ, ਖਾਸ ਤੌਰ 'ਤੇ RSS ਦੇ ਲਿਖਾਰੀ, ਉਹਨਾਂ ਦੇ ਵਿਚਾਰਕ, ਕੈਬਨਿਟ ਮੋਦੀ ਦੀ, ਸਾਇੰਸਦਾਨਾਂ ਦਾ ਇਕੱਠ ਹੋਏ, ਡਾਕਟਰਾਂ ਦਾ ਹੋਏ, ਖੇਤੀ ਮਾਹਿਰਾਂ ਦਾ ਹੋਏ, ਕੋਈ ਹੋਰ ਟੈਕਨੀਕਲ ਪਾਰਟ ਦਾ ਹੋਏ, ਔਰ ਹਰ ਥਾਂ 'ਤੇ ਜਾ ਕੇ ਜਿਹੜਾ ਵੀ ਇਹਨਾਂ ਦਾ ਵਕਤਾ ਹੁੰਦਾ ਹੈ, ਉਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਸੈਂਟਰ ਦੀਆਂ ਰਿਸਰਚ ਇੰਸਟੀਚਿਊਟਸ ਨੇ, ਉਹਨਾਂ ਦੇ ਮੁਖੀ ਵੀ ਇਹੀ ਦਾਅਵਾ ਕਰਨਗੇ ਕਿ ਜੀ, ਸਾਡੇ ਕੋਲ ਪ੍ਰਾਚੀਨ ਭਾਰਤ ਦੇ ਵਿੱਚ ਇਹ ਵੀ ਸੀ, ਉਹ ਵੀ ਸੀ, ਇਹ ਕਾਰਡ ਵੀ ਅਸੀਂ ਕੱਢੀ ਸੀ, ਉਹ ਕਾਰਡ ਵੀ ਅਸੀਂ ਕੱਢੀ ਸੀ। ਫਿਰ ਬਲੇਮ ਗੇਮ ਦੂਸਰਿਆਂ ਵੱਲ ਦੇਣਗੇ। ਕਾਫੀ ਹੱਦ ਤੱਕ ਮੁਸਲਮਾਨਾਂ ਦੇ 800 ਸਾਲ ਦੇ ਰਾਜ ਨੂੰ ਜਿਹੜਾ ਉਹ ਗੁਲਾਮੀ ਦਾ ਕਾਰਨ ਦੱਸਣਗੇ। ਕਈ ਫਿਰ ਇੱਥੇ ਨਹੀਂ ਰੁਕਦੇ, ਫਿਰ ਅੰਗਰੇਜ਼ਾਂ ਦੇ ਉੱਤੇ ਆ ਜਾਂਦੇ ਨੇ ਕਿ ਜੀ, ਅੰਗਰੇਜ਼ ਵੀ ਸਾਡੇ ਲੈ ਗਏ, ਸਾਡੇ ਵੇਦ ਵੀ ਜਿਹੜੇ ਨੇ ਜਰਮਨ ਵਾਲੇ ਲੈ ਗਏ, ਉਹਨਾਂ ਨੇ ਜਰਮਨ ਭਾਸ਼ਾ 'ਚ ਅਨੁਵਾਦ ਕਰਕੇ ਫਿਰ ਯੂਰਪ ਦੇ ਵਿੱਚ ਪਹੁੰਚ ਗਏ, ਉੱਥੋਂ ਕਾਢਾਂ ਕੱਢੀਆਂ। ਪਿਛਲੇ ਦਿਨਾਂ 'ਚ ਇੰਟਰਨੈਟ ਦੇ ਉੱਤੇ, ਕਿਉਂਕਿ ਔਥਰ ਦਾ ਨਾਮ ਮੇਰੇ ਸਾਹਮਣੇ ਨਹੀਂ ਆਇਆ, ਇਸ ਲਈ ਮੈਂ ਡਿਊ ਕ੍ਰੈਡਿਟ ਨਹੀਂ ਦੇ ਸਕਦਾ, ਪੰਜਾਬੀ ਦੀ ਇੱਕ ਲਿਖਤ, ਹਾਲਾਂਕਿ ਇਸ ਬਾਰੇ ਜਿਹੜੇ ਸਾਡੇ ਮਿੱਤਰ ਬੜੇ ਕਲੋਜ਼ ਬਾਏ 18-20 ਸਾਲ ਦੇ ਸਾਥੀ ਰਹੇ, ਮਿਸਟਰ ਸ਼ੇਖ, ਉਹ ਕਿਉਂਕਿ ਪੜ੍ਹ ਲੈਂਦੇ ਸੀ, ਉਹਨਾਂ ਨੂੰ ਪਰਸ਼ੀਅਨ ਵੀ ਪੜ੍ਹ ਲੈਂਦੇ ਸੀ, ਸੋ ਉਹ ਐਲ ਬਰੂਨੀ, ਜਿਹੜਾ ਕਿ ਮਹਿਮੂਦ ਗਜ਼ਨਵੀ ਜਦੋਂ ਭਾਰਤ ਦੇ ਉੱਤੇ ਹਮਲਾਵਰ ਹੋਇਆ ਅਤੇ ਉਸ ਦੇ ਨਾਲ ਇਹ ਆਇਆ ਸੀ, ਐਲ ਬਰੂਨੀ, ਇਹ ਸਾਇੰਸਦਾਨ ਵੀ ਸੀ, ਵਿਗਿਆਨੀ ਪਾਰਟ ਵੀ ਸੀ, ਇਤਿਹਾਸਕਾਰ ਵੀ ਸੀ, ਔਰ ਬੜੀ ਡੂੰਘੀ ਸੋਚ ਰੱਖਣ ਵਾਲਾ, ਔਰ ਉਹਨੇ ਇੱਕ ਆਪਣੇ ਭਾਰਤ ਵਿਚਲੇ ਤਜ਼ਰਬਿਆਂ ਦੇ ਆਧਾਰ 'ਤੇ ਕਿਤਾਬ ਲਿਖੀ, ਕਿਤਾਬ ਉਲ ਹਿੰਦ, ਜਿਸ ਨੂੰ ਇੱਕ ਬੜੀ ਅਥਾਰਟੀ ਮੰਨਿਆ ਜਾਂਦਾ ਇਸ ਪੁਸਤਕ ਨੂੰ ਹੀ, ਕਿ ਜਿਸ ਤਰੀਕੇ ਨਾਲ ਉਹਨੇ ਬੜੀ ਬਰੀਕੀ ਨਾਲ ਭਾਰਤ ਦੇ ਲੋਕਾਂ ਦਾ ਕਰੈਕਟਰ ਇੱਥੇ ਕੀ ਮੌਜੂਦ ਹੈ, ਔਰ ਇਹ ਬੜੀ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ ਵੀ ਇੱਕ ਪਾਸੇ ਅਸੀਂ ਇਹਨਾਂ ਦੇ ਜਿਵੇਂ ਜੇ ਮਹਿਮੂਦ ਗਜ਼ਨਵੀ ਦੀ ਗੱਲ ਹੁੰਦੀ ਹੈ, ਗਜ਼ਨੀ ਦਾ ਰਹਿਣ ਵਾਲਾ ਸੀ ਜੀ, ਔਰ ਉਹਨੂੰ ਬੁੱਤੋ ਸ਼ਿਕਨ ਕਿਹਾ ਜਾਂਦਾ, ਬੁੱਤ ਤੋੜਨ ਵਾਲਾ, ਔਰ ਜ਼ਾਹਰ ਹੈ ਕਿ ਉਸਨੇ ਜਿਹੜਾ ਸੋਮਨਾਥ ਮੰਦਰ ਦੀ ਪਹਿਲੀ ਵੱਡੀ ਲੁੱਟ ਔਰ ਧਾਵਾ ਬੋਲਿਆ, ਉਹ ਮਹਿਮੂਦ ਗਜ਼ਨਵੀ ਨੇ ਬੋਲਿਆ ਜੀ, ਉਸਨੇ ਉੱਥੇ ਬੁੱਤ ਵੀ ਤੋੜੇ, ਲੁੱਟਿਆ ਵੀ, ਮੰਦਰਾਂ 'ਚ ਉਹ ਇਸ ਲਈ ਵੀ ਜਾਂਦੇ ਸੀ, ਇਕੱਲੇ ਬੁੱਤੋ ਸ਼ਿਕਨ ਕਹਾਣ ਲਈ ਨਹੀਂ, ਕਿਉਂਕਿ ਉਸ ਵੇਲੇ ਦੇ ਜਿਹੜੇ ਰਾਜੇ ਔਰ ਅਮੀਰ ਲੋਕ, ਧਨਾਢ ਜਿਹੜੇ ਵਪਾਰੀ ਸੀ, ਉਹ ਵੀ ਆਪਣਾ ਧਨ ਮੰਦਰਾਂ ਦੇ ਵਿੱਚ ਰੱਖਦੇ ਸੀ, ਕਈ ਜ਼ਾਹਰਾ ਤੌਰ 'ਤੇ, ਕਈ ਲੁਕੋ ਕੇ। ਸੋ ਇਹ ਕਿਉਂਕਿ ਬੇਸਿਕਲੀ ਲੁਟੇਰੇ ਸੀ ਜਿਹੜੇ ਆਏ, ਮਹਿਮੂਦ ਗਜ਼ਨਵੀ ਨੇ ਕੋਈ ਆਪਣਾ ਰਾਜ ਤਾਂ ਨਹੀਂ ਸਥਾਪਿਤ ਕੀਤਾ। ਸੋ ਇਹਨਾਂ ਲਈ ਮੰਦਰ ਜਿਹੜੇ ਨੇ, ਇਹਦੇ 'ਚ ਵੈਸੇ ਵੀ ਜਿਹੜਾ ਉਹ ਲੁੱਟ ਦਾ ਸਮਾਨ ਉਹਨਾਂ ਨੂੰ ਇੱਕੋ ਥਾਂ 'ਤੇ ਇਕੱਠਾ ਮਿਲ ਜਾਂਦਾ ਸੀ, ਲੁੱਟਣਾ ਸੌਖਾ ਹੋ ਜਾਂਦਾ ਸੀ, ਔਰ ਇਹ ਮਹਿਮੂਦ ਗਜ਼ਨਵੀ ਸੀ ਜਿਹੜਾ ਉਸ ਲੁੱਟ ਦੇ ਵੇਲੇ ਸੋਮਨਾਥ ਮੰਦਰ ਦੇ ਦਰਵਾਜ਼ੇ ਵੀ ਲੈ ਗਿਆ, ਜਿਹਨਾਂ ਬਾਰੇ ਰਵਾਇਤ ਹੈ ਕਿ ਅਖੀਰ ਸਿੱਖਾਂ ਨੇ ਅਫਗਾਨਿਸਤਾਨ 'ਚੋਂ ਉਹ ਜਿਹੜੇ ਦਰਵਾਜ਼ੇ ਨੇ ਉਹ ਵਾਪਸ ਲਿਆਂਦੇ, ਔਰ ਇਸੇ ਤਰ੍ਹਾਂ ਉੱਥੋਂ ਦੇ ਬੁੱਤਾਂ ਦਾ ਉਹਨੇ ਕੀ ਕੀਤਾ, ਉਹ ਇੱਕ ਵੱਖਰਾ ਵਿਸ਼ਾ। ਪਰ ਹੁਣ ਇੱਕ ਪਾਸੇ ਲਟੇਰਾ ਜਾਂ ਬੁੱਤੋ ਸ਼ਿਕਨ ਕਰੈਕਟਰ ਹੈ, ਪਰ ਉਹਨਾਂ ਦੇ ਨਾਲ ਕਿਸ ਜ਼ਹੀਨ ਲੈਵਲ ਦੇ ਇਨਸਾਨ ਵੀ ਨੇ ਜਿਹੜੇ ਉਸ ਵੇਲੇ ਦੇ ਲਰਨਡ ਸਕਾਲਰ ਨੇ, ਇਹ ਦੋਨੋਂ ਕੰਟਰਾਸਟ ਕਈ ਵਾਰ ਸਮਝਣੇ ਔਖੇ ਹੁੰਦੇ ਨੇ, ਔਰ ਉਹਦਾ ਸ਼ਾਇਦ ਪਿਛੋਕੜ ਇਹ ਹੈ ਕਿ ਇਸਲਾਮ ਨੂੰ ਭਾਵੇਂ ਅੱਜ ਜਿਸ ਤਰੀਕੇ ਦੇ ਨਾਲ ਪੱਛਮ ਨੇ, ਔਰ ਕਾਫੀ ਸਾਡੇ ਲੋਕਾਂ ਦੀਆਂ ਪਰਸੈਪਸ਼ਨਸ ਵੀ ਜਿਹੜੀਆਂ ਨੇ ਉਸ ਕਿਸਮ ਦੀਆਂ ਹੀ ਬਣੀਆਂ ਹੋਈਆਂ ਨੇ, ਕੁਛ ਮੈਜੋਰਟੀ ਹਿੰਦੂਆਂ ਦੇ ਪ੍ਰਚਾਰ ਕਰਕੇ, ਕੁਛ ਪੜ੍ਹਨ ਦਾ ਸ਼ੌਕ ਨਾ ਹੋਣ ਕਰਕੇ, ਪਰ ਇਸਲਾਮ ਦੇ ਵਿੱਚ ਜਿਹੜਾ ਅਦਬ, ਜਿਸ ਨੂੰ ਐਜੂਕੇਸ਼ਨ ਕਹਿੰਦੇ ਨੇ, ਔਰ ਅਲੱਗ ਅਲੱਗ ਸ਼ੋਭੇ, ਅਲੱਗ ਅਲੱਗ ਫੀਲਡਸ, ਵਿਦਵਾਨ ਸਕਾਲਰ ਦਾ ਜਿਹੜਾ ਰਿਸਪੈਕਟ ਹੈ, ਉਹ ਬੜਾ ਯੂਨੀਕ ਹੈ, ਔਰ ਉਹਦੇ 'ਚ ਮੈਂ ਸ਼ਾਇਦ, ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਮਾਹਿਰ ਨਹੀਂ ਮੰਨਦਾ, ਮਾਹਿਰ ਕੀ ਮੈਨੂੰ ਪਤਾ ਵੀ ਨਹੀਂ ਹੈ ਬਹੁਤਾ ਇਸਲਾਮ ਦੇ ਮੂਲ ਜਿਹੜੇ ਉਹਨਾਂ ਦੇ
ਸਕ੍ਰਿਪਚਰ ਜਾਂ ਗ੍ਰੰਥ ਨੇ, ਪਰ ਇਹ ਵੀ ਗੱਲ ਸ਼ੇਖ ਸਾਹਿਬ ਹੀ ਦੱਸਦੇ ਸੀ ਕਿ ਉਹਨਾਂ ਨੇ ਇਹ ਕਿਹਾ, ਹਜ਼ਰਤ ਸਾਹਿਬ ਦੀ ਇਹ ਕੋਟ ਹੈ ਜਾਂ ਕਿਸੇ ਹਦੀਸ 'ਚੋਂ ਹੈ ਜੀ, ਕਿ ਜਿਹੜਾ ਸਕਾਲਰ ਦੀ ਸਿਆਹੀ ਹੈ ਉਹ ਸ਼ਹੀਦ ਦੇ ਖੂਨ ਵਾਂਗ ਪਵਿੱਤਰ ਹੈ। ਸੋ ਮਤਲਬ ਇਹ ਹੈ ਕਿ ਜਿੱਥੇ ਕੁਰਬਾਨੀ ਦਾ ਕਾਨਸੈਪਟ ਇਸਲਾਮ 'ਚ ਸੀ ਉੱਥੇ ਲਰਨਿੰਗ ਦਾ ਵੀ ਸੀ, ਔਰ ਸ਼ਾਇਦ ਇਹੀ ਕਾਰਨ ਹੈ ਕਿ ਇਸਲਾਮ 'ਚ ਉਸ ਵਕਤ 'ਚ ਵੀ ਅੱਜ ਵੀ ਉਹਨਾਂ ਦੇ ਵੱਡੇ ਵੱਡੇ ਉਲਮਾ, ਬੇਸ਼ੱਕ ਉਹਨਾਂ ਦਾ ਦਾਇਰਾ ਮਹਿਦੂਦ ਰਹਿ ਗਿਆ, ਉਹ ਬਹੁਤ ਵਾਰੀ ਆਪਣੇ ਸਕ੍ਰਿਪਚਰ ਦੇ ਇੰਟਰਪ੍ਰੀਟੇਸ਼ਨ ਤੱਕ ਹੀ ਰਹੇ, ਪਰ ਅਲ ਬਰੂਨੀ ਨੇ ਜਦੋਂ ਉਹ ਮਹਿਮੂਦ ਗਜ਼ਨਵੀ ਦੇ ਨਾਲ ਆਇਆ, ਜੋ ਕੁਛ ਉਹਨੇ ਅਬਜ਼ਰਵ ਕੀਤਾ ਉਹ ਉਹਨੇ ਕਿਤਾਬ ਉਲ ਹਿੰਦ ਦੇ ਵਿੱਚ ਲਿਖਿਆ, ਔਰ ਉਹਨੇ ਕਿਸ ਤਰੀਕੇ ਨਾਲ ਜਦੋਂ ਜੋ ਤੁਸੀਂ ਅਲ ਬਰੂਨੀ ਦੀ ਇਹ ਜਿਹੜਾ ਟਰਾਂਸਲੇਸ਼ਨ ਪਾਰਟ ਪੰਜਾਬੀ 'ਚ ਮੇਰੇ ਨਜ਼ਰਾਂ 'ਚੋਂ ਗੁਜ਼ਰਿਆ, ਅਤੇ ਇਸ ਤਰ੍ਹਾਂ ਲੱਗਦਾ ਵੀ ਹਜ਼ਾਰ ਸਾਲ ਬਾਅਦ ਵੀ ਇਹਨਾਂ ਦੀ ਮਾਨਸਿਕਤਾ ਨਹੀਂ ਬਦਲੀ ਹੈ। ਜਦੋਂ ਇਹ ਕੁੱਟ ਵੀ ਖਾ ਰਹੇ ਸੀ ਹਜ਼ਾਰ ਸਾਲ, ਜਿਹੜਾ ਇਹ ਵੱਖਰੀ ਗੱਲ ਹੈ ਵੀ ਇੱਕ ਪਾਰਟ ਉਹਨਾਂ ਨੇ ਜ਼ਰੂਰ ਨਿਭਾਇਆ ਕਿ ਸੋਮਨਾਥ ਮੰਦਰ ਦਾ ਜਿਵੇਂ ਉਹਨੇ ਉਜਾੜਾ ਕੀਤਾ ਸੀ, ਇਹਨਾਂ ਨੇ 800 ਸਾਲ ਉਹਨੂੰ ਬਿਲਟ ਨਹੀਂ ਕੀਤਾ। ਫਿਰ ਜਦੋਂ ਰਾਦਰ ਹਜ਼ਾਰ ਸਾਲ, 200 ਸਾਲ ਅੰਗਰੇਜ਼ ਵੀ ਰਹੇ, ਫਿਰ ਜਦੋਂ 15 ਅਗਸਤ 1947 ਨੂੰ ਆਜ਼ਾਦ ਹੋਇਆ, ਜਿਹੜਾ ਪਾਰਟੀਸ਼ਨ ਹੋਈ, ਇਹਨਾਂ ਨੂੰ ਆਜ਼ਾਦੀ ਮਿਲੀ, ਅਤੇ ਰਜਿੰਦਰ ਪ੍ਰਸ਼ਾਦ ਪਹਿਲਾ ਪ੍ਰੈਜ਼ੀਡੈਂਟ ਬਣੇ, ਔਰ ਫਿਰ ਸਰਕਾਰੀ ਖਜ਼ਾਨੇ 'ਚੋਂ, ਕਿਉਂਕਿ ਨਹਿਰੂ ਦੇ ਨਾਲ ਉਹਦੇ ਮਤਭੇਦ ਵੀ ਹੋਏ, ਨਹਿਰੂ ਚਾਹੁੰਦਾ ਸੀ ਵੀ ਜਿਹੜਾ ਸੈਕੂਲਰਿਜ਼ਮ ਦਾ ਫਰੋਡ ਜਿਹਾ ਉਹ ਸਾਹਮਣੇ ਰਹੇ, ਲੇਕਿਨ ਸਰਕਾਰੀ ਖਜ਼ਾਨੇ 'ਚੋਂ ਸੋਮਨਾਥ ਮੰਦਰ ਜਿਹੜਾ ਹੈ ਉਹ ਮੁੜ ਤਾਮੀਰ ਕਰਵਾਇਆ ਗਿਆ ਹੈ। ਸੋ ਇਸ ਸਾਰੇ ਪੀਰੀਅਡ 'ਚ ਜਿਹੜਾ ਬਾਕੀ ਕਿਹਨੇ ਕੀ ਕੀਤਾ, ਉਹ ਨਾਲ ਦੀ ਨਾਲ ਅਸੀਂ ਜਿਹੜੇ ਮੁਗਲ ਬਾਦਸ਼ਾਹ ਜਾਂ ਉਸ ਤੋਂ ਪਹਿਲੀਆਂ ਡਾਇਨੈਸਟੀਜ਼, ਗੌਰੀ, ਮੁਹੰਮਦ ਗੌਰੀ, ਉਹ ਵੀ ਜਿਹੜਾ ਅਫਗਾਨ, ਉਹਨੇ ਪੱਕਾ ਰਾਜ ਸਥਾਪਿਤ ਕੀਤਾ ਦਿੱਲੀ 'ਚ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਫਿਰ ਲਗਾਤਾਰ ਦਿੱਲੀ ਆਲਮੋਸਟ 600 ਸਾਲ ਜਦੋਂ ਤੱਕ, ਫਿਰ ਗੌਰੀ, ਫਿਰ ਦੂਸਰੇ ਆ ਗਏ, ਦਾਸ ਵੰਸ਼ ਆ ਗਿਆ, ਖਿਲਜੀ ਆ ਗਏ, ਲੋਧੀ ਆ ਗਏ, ਫਿਰ ਲੋਧੀਆਂ ਨੂੰ ਬਾਬਰ ਜਿਹੜਾ ਤੁਰਕ ਸੀ ਉਹਨੇ ਹਰਾ ਕੇ ਫਿਰ ਮੁਗਲਾਂ ਦਾ ਰਾਜ ਸ਼ੁਰੂ ਹੋ ਗਿਆ ਬਾਬਰ ਦੇ ਨਾਲ। ਸੋ ਜਿਹੜੀ ਗੱਲ ਅਲ ਬਰੂਨੀ ਨੇ ਇਸ ਆਪਣੀ ਕਿਤਾਬ ਦੇ ਵਿੱਚ, ਕਿਤਾਬ ਉਲ ਹਿੰਦ ਦੇ ਵਿੱਚ ਲਿਖੀ, ਉਹਦੇ 'ਚ ਉਹ ਕਹਿੰਦਾ, ਅਸੀਂ ਕਹਿ ਸਕਦੇ ਹਾਂ ਕਿ ਮੂਰਖਤਾ ਅਜਿਹੀ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ। ਜੀ, ਪੜ ਅੱਖਰ ਇਹੋ ਬੁੱਝੀਏ, ਮੂਰਖੇ ਨਾਲ ਨਾ ਲੁੱਝੀਏ। ਗੁਰੂ ਸਾਹਿਬ ਨੇ ਵੀ ਫਰਮਾਇਆ ਕਿ ਭਾਈ ਇਹ ਮੂਰਖ ਨਾਲ ਨਹੀਂ ਬਹਿਸਣਾ, ਕਿਉਂਕਿ ਐਸੀ ਬਿਮਾਰੀ ਇਹਦਾ ਕੋਈ ਇਲਾਜ ਨਹੀਂ। ਜੀ, ਅਸੀਂ ਕਹਿ ਸਕਦੇ ਹਾਂ ਕਿ ਮੂਰਖਤਾ ਅਜਿਹੀ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ। ਹਿੰਦੂ ਕਹਿੰਦੇ ਹਨ, ਇਹ ਹੁਣ ਅਲ ਬਰੂਨੀ ਕਹਿ ਰਹੇ, ਔਰ ਹਜ਼ਾਰ ਸਾਲ ਪਹਿਲਾਂ ਹਿੰਦੂ ਕਿਵੇਂ ਸੋਚਦੇ ਸੀ, ਔਰ ਤੁਹਾਨੂੰ ਅੱਜ ਔਰ ਉਸ ਸੋਚ ਕੋਈ ਫਰਕ ਨਹੀਂ ਨਜ਼ਰ ਆਉਂਦਾ। ਇਹ ਕਹਿੰਦਾ, ਹਿੰਦੂ ਕਹਿੰਦੇ ਹਨ ਕਿ ਸਾਡੇ ਦੇਸ਼ ਵਰਗਾ ਕੋਈ ਦੇਸ਼ ਨਹੀਂ, ਸਾਡੇ ਰਾਜੇ ਦਾ ਕੋਈ ਸਾਨੀ ਨਹੀਂ, ਸਾਡੇ ਧਰਮ ਵਰਗਾ ਕੋਈ ਧਰਮ ਨਹੀਂ, ਸਾਡੀ ਸਾਇੰਸ ਸਭ ਤੋਂ ਅੱਗੇ। ਨਾਲੇ ਜੁੱਤੀਆਂ ਖਾ ਰਹੇ ਨੇ ਉਹਦੀ, ਮਹਿਮੂਦ ਗਜ਼ਨਵੀ ਦੀਆਂ, ਫਿਰ ਵੀ ਕਹਿ ਰਹੇ ਨੇ ਜੀ ਸਾਡਾ ਜੀ। ਇਹ ਲੋਕ ਹੰਕਾਰੀ ਨੇ, ਇਹ ਅਲ ਬਰੂਨੀ ਕਹਿ ਰਹੇ, ਇਹ ਲੋਕ ਹੰਕਾਰੀ ਨੇ, ਮੂਰਖਤਾ ਵਾਲਾ ਹੰਕਾਰ। ਇੱਕ ਹੁੰਦਾ ਹੰਕਾਰ ਕਿ ਤੁਸੀਂ ਸੱਚਮੁੱਚ ਕੁਛ ਹੈਗੇ ਹੋ ਅਤੇ ਉਹਦਾ ਤੁਸੀਂ ਹੰਕਾਰ ਕਰ ਦਿਓ, ਇੱਕ ਤੁਹਾਡੇ ਪੱਲੇ ਕੁਛ ਨਹੀਂ ਹੈ। ਮੂਰਖਤਾ ਵਾਲਾ ਹੰਕਾਰ ਆਪਣੀਆਂ ਤਾਰੀਫਾਂ ਦੇ ਪੁੱਲ ਬੰਨ ਦਿੰਦੇ ਨੇ। ਇਹ ਮਿਹਨਤ ਕਰਨ ਤੋਂ ਜੀ ਚਰਾਉਣ ਵਾਲੇ ਲੋਕ ਨੇ, ਮਿਹਨਤ ਨਹੀਂ ਕਰਦੇ। ਇਹ ਹੁਣ ਅਲ ਬਰੂਨੀ ਹਜ਼ਾਰ ਸਾਲ ਪਹਿਲਾਂ ਲਿਖ ਰਿਹਾ, ਇਹ ਗੱਲ ਮੈਂ ਵਾਰ ਵਾਰ ਰਿਪੀਟ ਕਰ ਰਿਹਾ ਕਿ ਹਜ਼ਾਰ ਸਾਲ ਪਹਿਲਾਂ ਵੀ ਕੰਮ ਚਰਾਉਣ ਵਾਲੇ ਮੂਰਖ ਔਰ ਫੋਕੇ ਦਾਅਵੇ ਕਰਨ ਵਾਲੇ। ਰੱਬ ਨਾ ਕਰੇ ਜੇ ਕਿਤੇ ਇਹਨਾਂ ਨੂੰ ਕੁਝ ਗਿਆਨ ਹੋਵੇ ਤਾਂ ਇਹ ਅਗਲੇ ਨਾਲ ਸਾਂਝਾ ਕਰਨ ਤੋਂ ਕੰਨੀ ਕਤਰਾਉਂਦੇ ਨੇ। ਜੇ ਕਿਤੇ ਕੋਲ ਆ ਗਿਆ, ਉਹ ਸਾਰੀ ਉਮਰ ਭਾਂਡੇ ਮੰਜਵਾਉਣਗੇ ਉਹਦੇ ਤੋਂ, ਰਿਸ਼ੀਆਂ ਦੇ ਆਸ਼ਰਮ 'ਚ ਕਿ ਜੀ ਹੁਣ ਕੰਨ 'ਚ ਮਰਨ ਲੱਗਿਆ ਤਾਂ ਜੋ ਮਰ ਜਾਂਦਾ ਸੀ, ਦੱਸਦਾ ਹੀ ਨਹੀਂ ਸੀ, ਨਾਲ ਹੀ ਮਰ ਜਾਂਦਾ ਸੀ ਜੇ ਉਹਨੇ ਕਿਸੇ ਨੇ ਇਹਦੇ ਕੋਲ ਪੱਲੇ ਕੋਈ ਹੈ ਵੀ ਹੈ ਮਾੜਾ ਮੋਟੇ ਨੂੰ। ਰੱਬ ਨਾ ਕਰੇ ਜੇ ਕਿਤੇ ਇਹਨਾਂ ਨੂੰ ਕੁਝ ਗਿਆਨ ਹੋਵੇ ਤਾਂ ਅਗਲੇ ਨਾਲ ਸਾਂਝਾ ਕਰਨ ਤੋਂ ਕੰਨੀ ਕਤਰਾਉਂਦੇ ਨੇ, ਖਾਸ ਕਰਕੇ ਦੂਸਰੀ ਜ਼ਾਤ ਦੇ ਲੋਕਾਂ ਕੋਲੋਂ। ਪਰਦੇਸੀ ਨਾਲ ਤਾਂ ਕਤਈ ਸਾਂਝਾ ਨਹੀਂ ਕਰਦੇ, ਕਿ ਬਾਹਰਲੇ ਜਿਹੜੇ ਫੋਰਨਰ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ ਜਿਹੜਾ ਉਹ ਅਵੋਇਡ ਕਰਦੇ ਨੇ। ਇਹਨਾਂ ਦਾ ਅੰਧ ਵਿਸ਼ਵਾਸ ਇਸ ਹੱਦ ਤੱਕ ਹੈ ਕਿ ਜੇ ਤੁਸੀਂ ਇਹਨਾਂ ਨੂੰ ਖੁਰਾਸਾਨ ਜਾਂ ਇਰਾਨ ਇਰਾਕ ਦੀ ਕਲਾ ਦੀ ਕੋਈ ਗੱਲ ਕਰੋ ਤਾਂ ਇਹ ਸਮਝਦੇ ਹਨ ਕਿ ਅਗਲਾ ਝੂਠ ਬੋਲ ਰਿਹਾ ਹੈ ਅਤੇ ਅਗਿਆਨੀ, ਵੀ ਇੰਨੇ ਇਹ
ਇਹਨੂੰ ਸ਼ਬਦ ਨੂੰ ਇਹ ਕਿ ਅੰਧ ਵਿਸ਼ਵਾਸ ਸੀ ਨੇ ਹੁਣ ਖੁਰਾਸਾਨ ਜਿਹੜਾ ਉਹ ਇੱਕ ਬੜਾ ਸੁਧਰਿਆ ਹੋਇਆ ਪ੍ਰੋਵਿੰਸ ਸੀ। ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ ਕਿ ਬਾਬਰ ਨੂੰ ਪਹਿਲਾਂ ਖੁਰਾਸਾਨ ਵੱਲ ਗਿਆ, ਉਹਦਾ ਬਚਾਅ ਖੁਰਾਸਾਨ ਖਸਮਾਨਾ ਕੀ ਹੈ, ਹਿੰਦੁਸਤਾਨ ਡਰਾਇਆ, ਆਪੇ ਦੋਸਤ ਨਾ ਦੇਈ ਕਰਤਾ ਜਮ ਕਰ ਮੁਗਲ ਚੜ੍ਹਾਇਆ। ਸੋ ਐਲਬਰੂਨੀ ਕਹਿੰਦਾ ਕਿ ਵੀ ਜੇ ਤੁਸੀਂ ਇਹਨਾਂ ਨੂੰ ਦੱਸੋ ਕੋਈ ਈਰਾਨ ਦੀ ਕਲਾ, ਕੋਈ ਇਰਾਕ ਦੀ ਕਲਾ, ਕੋਈ ਖੁਰਾਸਾਨ ਦੀ ਕਲਾ, ਤਾਂ ਇਹ ਕਹਿਣਗੇ ਕਿ ਝੂਠ ਬੋਲ ਰਿਹਾ ਅਤੇ ਐਵੇਂ ਅਗਿਆਨੀ। ਹਾਂ, ਜੇ ਇਹ ਕਿਤੇ ਬਾਹਰਲੇ ਦੇਸ਼ ਦੀ ਯਾਤਰਾ ਕਰ ਲੈਣ ਤਾਂ ਝੱਟ ਹੀ ਆਪਣੀ ਸੋਚ ਬਦਲ ਲੈਂਦੇ ਹਨ, ਜਿਵੇਂ ਹੁਣ ਇੱਥੇ ਜਿਹੜੇ ਆਏ ਨੇ ਕਿ ਮੋਰ ਅਮੈਰੀਕਨ ਦੈਨ ਦਾ ਅਮੈਰੀਕਨ ਬਣੇ ਹੋਏ ਨੇ, ਪਰ ਨਾਲ ਹੀ ਕਹਿਣਗੇ, ਸੋਚ ਤਾਂ ਬਦਲ ਲੈਣਗੇ ਪਰ ਨਾਲ ਹੀ ਕਹਿਣਗੇ ਕਿ ਇਹਨਾਂ ਇਹਨਾਂ ਦੇ ਵਡੇਰੇ ਇੰਨੇ ਤੰਗ ਦਿਲ ਨਹੀਂ ਸਨ ਜਿੰਨੇ ਕਿ ਅੱਜ ਦੇ ਲੋਕ ਹੋ ਗਏ ਨੇ। ਐਗਜੈਕਟਲੀ ਉਹ ਕਹਿਣਗੇ ਇੱਥੇ ਆ ਕੇ ਸਭ ਕਰਨਗੇ ਅਮਰੀਕਾ, ਫਿਰ ਕਹਿਣਗੇ ਨਹੀਂ ਜੋ ਭਾਰਤ ਮੇ ਹੈ ਨਾ, ਵਾਹੀ ਵਾਹ 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 ਵੋ ਵੋ ਜੋ ਹੈ ਬਸ ਵੋ। ਸੋ ਉਹ ਕਹਿੰਦਾ ਵੀ ਇੰਨੇ ਤੰਗ ਦਿਲ ਨੇ ਕਿ ਵੀ ਉਹ ਅਡੋਪਟ ਕਰ ਵੀ ਲੈਣਗੇ, ਫਿਰ ਕਹਿਣਗੇ ਜੋ ਜੇ ਸਾਡੇ ਵਡੇਰੇ ਸੀ ਨਾ ਉਹ ਸਾਡਾ ਭਰਾ, ਉਹ ਜਿਹਾ ਕੋਈ ਨਹੀਂ ਹੈ ਬਈ। ਬ੍ਰਾਹਮਣਾਂ ਦਾ ਸਤਿਕਾਰ ਕਰਿਆ ਕਰੋ। ਇਹਨਾਂ ਦਾ ਇੱਕ ਸਤਿਕਾਰਤ ਵਿਦਵਾਨ ਵਰਾਮੀ ਹੀਰ ਲਿਖਦਾ ਹੈ, ਇਹ ਹੁਣ ਬ੍ਰਾਹਮਣਾਂ 'ਤੇ ਆ ਗਿਆ ਕਿ ਵੀ ਕਿਵੇਂ ਉਹਨਾਂ ਨੇ ਆਪਣੀ ਪੂਜਾ ਕਰਵਾਈ। ਉਹਨਾਂ ਕਹਿੰਦਾ ਵੀ ਇਹ ਬ੍ਰਾਹਮੀ ਹੀਰ ਉਹਨਾਂ ਦਾ ਵਿਦਵਾਨ ਲਿਖਦਾ ਕਿ ਠੀਕ ਹੈ, ਯੂਨਾਨੀ ਲੋਕਾਂ ਦਾ ਸਤਿਕਾਰ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਸਾਇੰਸ ਦੀਆਂ ਕਾਢਾਂ ਕੱਢੀਆਂ, ਪਰ ਇਹ ਲੋਕ ਹੈ ਤਾਂ ਪਵਿੱਤਰ ਹੀ, ਨਾਲੇ ਇਹਨਾਂ ਨੂੰ ਟ੍ਰੇਨਿੰਗ ਵੀ ਤਾਂ ਦਿੱਤੀ ਗਈ ਸੀ। ਉਹ ਕਹਿੰਦੇ ਜੀ ਠੀਕ ਹੈ, ਕਾਢਾਂ ਯੂਨਾਨ ਗ੍ਰੀਸ 'ਚੋਂ ਆਈਆਂ, ਪਰ ਇੱਡੀ ਕਿਹੜੀ ਗੱਲ ਹੈ ਤਾਂ ਮਲੇਸ਼ ਹੀ ਨੇ ਨਾ ਜੀ। ਹੁਣ ਇਹ ਬ੍ਰਾਹਮਣ ਕਹਿ ਰਿਹਾ, ਉਹ ਕਹਿੰਦਾ ਵੀ ਜੋ ਮਰਜ਼ੀ ਹੋ ਜਾਵੇ ਕੋਈ ਬ੍ਰਾਹਮਣ ਨਹੀਂ ਬਣ ਸਕਦਾ, ਹੈਂਜੀ। ਤਾਂ ਉਹਨੂੰ ਕਿਸੇ ਨੇ ਟ੍ਰੇਨਿੰਗ ਤਾਂ ਦਿੱਤੀ, ਹੁਣ ਟ੍ਰੇਨਿੰਗ ਕਹਿਣਗੇ ਜੀ ਸਾਡੇ ਵਡੇਰਿਆਂ ਨੇ ਉਹਨਾਂ ਨੂੰ ਇਹ ਗਿਆਨ ਦਿੱਤਾ, ਇਹ ਸਾਡੇ ਕੋਲ ਹੀ ਸੀ ਜੀ। ਦੂਸਰੇ ਪਾਸੇ ਬ੍ਰਾਹਮਣ ਬਾਰੇ ਕੀ ਕਹੋਗੇ, ਜੋ ਪਵਿੱਤਰ ਤਾਂ ਹੈ ਹੀ, ਜੇ ਉਹ ਸਾਇੰਸ ਵਿੱਚ ਵੀ ਅੱਗੇ ਨਿਕਲ ਜਾਵੇ ਤਾਂ। ਉਹ ਕਹਿੰਦਾ ਜੀ ਜੇ ਹੁਣ ਇਹ ਤਾਂ ਇਕੱਲੇ ਸਾਇੰਸ 'ਚ ਅੱਗੇ ਨਿਕਲੇ ਨੇ ਪਰ ਪਵਿੱਤਰ ਨਹੀਂ ਹੈਗੇ, ਪਰ ਜੇ ਅਸੀਂ ਬ੍ਰਾਹਮਣ ਅਸੀਂ ਸਾਇੰਸ 'ਚ ਅੱਗੇ ਨਿਕਲੇ, ਅਸੀਂ ਤਾਂ ਪਵਿੱਤਰ ਵੀ ਹਾਂ ਅਤੇ ਅਸੀਂ ਸਾਇੰਸ 'ਚ ਵੀ ਅੱਗੇ ਨਿਕਲ ਗਏ, ਸੋ ਸਾਡਾ ਮੁਕਾਬਲਾ ਕੌਣ ਕਰ ਸਕਦਾ। ਪੁਰਾਣੇ ਸਮਿਆਂ ਵਿੱਚ ਇਹ ਲੋਕ ਯੂਨਾਨੀ ਲੋਕਾਂ ਦੇ ਵਿਗਿਆਨ ਦੀ ਉੱਚਤਾ ਨੂੰ ਸਵੀਕਾਰ ਤਾਂ ਕਰਦੇ ਸਨ ਪਰ ਮੰਨਦੇ ਸਨ ਕਿ ਇਹਨਾਂ ਕਰਕੇ ਹੀ ਹੈ ਕਿ ਜੀ ਉਹਨੇ ਤਰੀਕੇ ਬੜੀ ਕੀਤੀ, ਪਰ ਗਿਆ ਅਸੀਂ ਸਿਖਾਇਆ ਅਸੀਂ ਜੀ। ਅਖੀਰ ਉਹ ਕਹਿੰਦਾ ਹੁਣ ਐਲਬਰੂਨੀ ਜਿਹੜਾ ਉਹ ਤਾਰਾ ਵਿਗਿਆਨੀ ਵੀ ਸੀ, ਸਟਾਰਸ ਦਾ ਵੀ ਮਾਹਿਰ ਸੀ, ਅਤੇ ਜਿਸ ਨੇ ਧਰਤੀ ਦਾ ਘੇਰਾ ਉਹਨੀ ਦਿਨੀ ਸਹੀ ਨਾਪ ਦਿੱਤਾ ਸੀ, ਜੋ ਅੱਜ ਦੇ ਦੌਰ ਤੱਕ ਸਹੀ ਮੰਨਿਆ ਗਿਆ ਵੀ ਕਿੰਨਾ ਧਰਤੀ ਦਾ ਘੇਰਾ ਇਹ ਐਲਬਰੂਨੀ ਨੇ ਕੈਲਕੂਲੇਟ ਕੀਤਾ ਸੀ। ਉਹ ਹਿੰਦੂ ਵਿਦਵਾਨਾਂ ਬਾਰੇ ਲਿਖਦਾ, ਜਦੋਂ ਉਹਨਾਂ ਨੂੰ ਮੇਰੇ ਗਿਆਨ ਦਾ ਪਤਾ ਲੱਗਾ, ਜਦੋਂ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਐਕਸਪਰਟ ਹੈ, ਸਟਾਰਸ ਦਾ ਵੀ ਧਰਤੀ ਦਾ ਘੇਰਾ ਵੀ ਇਹਨੇ ਕੈਲਕੂਲੇਟ ਕੀਤਾ, ਜਦੋਂ ਉਹਨਾਂ ਨੂੰ ਮੇਰੇ ਗਿਆਨ ਬਾਰੇ ਮੇਰੇ ਗਿਆਨ ਦਾ ਪਤਾ ਲੱਗਾ ਤਾਂ ਉਹ ਵਾਰ ਵਾਰ ਇਹ ਪੁੱਛਦੇ ਸੀ ਕਿ ਤੁਸੀਂ ਕਿਹੜੇ ਬ੍ਰਾਹਮਣ ਦੇ ਚੇਲੇ ਹੋ, ਵੀ ਉਹਨਾਂ ਨੂੰ ਇਹ ਸੀ ਕਿ ਇੱਦਾਂ ਦਾ ਗਿਆਨ ਬ੍ਰਾਹਮਣ ਤੋਂ ਬਿਨਾਂ ਆ ਹੀ ਨਹੀਂ ਸਕਦਾ ਜੀ। ਵੀ ਹੁਣ ਇਹ ਗਿਆ ਉਹਨਾਂ ਦੇ ਬੁੱਤ ਤੋੜਨ ਵਾਲੇ ਅਤੇ ਨਾਲ ਉਹਨਾਂ ਦਾ ਚੇਲਾ ਹੈ ਬ੍ਰਾਹਮਣ ਦਾ ਹੋਵੇ। ਸੋ ਉਹ ਕਹਿੰਦਾ ਵੀ ਮੈਨੂੰ ਵਾਰ ਵਾਰ ਪੁੱਛਦੇ ਸੀ ਦੱਸੋ ਕਿਹੜੇ ਬ੍ਰਾਹਮਣ ਦੇ ਚੇਲੇ ਹੋ। ਉਹਨਾਂ ਨੂੰ ਭਰੋਸਾ ਹੀ ਨਹੀਂ ਸੀ ਕਿ ਪੱਛਮ ਵਿੱਚ ਗਿਆਨ ਇਹਨਾਂ ਤੋਂ ਅੱਗੇ ਹੈ। ਹੁਣ ਹਜ਼ਾਰ ਸਾਲ ਪਹਿਲਾਂ ਦੀ ਗੱਲ ਹੋ ਰਹੀ ਹੈ, ਜਦੋਂ ਇਹ ਕਹਿੰਦੇ ਨੇ ਜੀ ਹਜ਼ਾਰ ਸਾਲ ਪਹਿਲੇ ਹਮ ਇਹ ਹੋਤੇ ਥੇ, ਅਤੇ ਇਹ ਐਲਬਰੂਨੀ ਹਜ਼ਾਰ ਸਾਲ ਪਹਿਲਾਂ ਕਹਿ ਰਿਹਾ ਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਪੱਛਮ ਜਿਹੜਾ ਹੈ ਵੈਸਟ ਹੈ ਉਹ ਕਿੱਥੇ ਪਹੁੰਚ ਗਿਆ। ਫਿਰ ਜਦੋਂ ਸਾਬਤ ਹੋ ਗਿਆ ਕਿ ਮੇਰਾ ਗਿਆਨ ਇਹਨਾਂ ਤੋਂ ਅੱਗੇ ਹੈ ਤਾਂ ਫਿਰ ਇਹਨਾਂ ਕਹਿ ਦਿੱਤਾ ਜੀ ਇਹ ਤਾਂ ਕੋਈ ਜਾਦੂਗਰ ਹੈ, ਨਜੂਮੀ। ਹੁਣ ਇਹ ਇਹਨਾਂ ਦੇ ਨਾਲ ਵਾਹ ਹੈ। ਸੋ ਮੈਂ ਉਸ ਵੀਰ ਦਾ ਜਿਹਨੇ ਵੀ ਐਲਬਰੂਨੀ ਦੀ ਕਿਤਾਬ ਦਾ ਇਹ ਸਪੈਸੀਫਿਕ ਹਿੱਸਾ ਟ੍ਰਾਂਸਲੇਟ ਕਰਕੇ ਪਾਇਆ, ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ, ਮੈਂ ਤਾਂ ਜਸਟ ਪੜ੍ਹ ਕੇ ਉਹਨੂੰ ਇੰਟਰਪ੍ਰੀਟ ਹੀ ਕਰ ਰਿਹਾ। ਬਟ ਕਿਆ ਕਹਿਣੇ ਬ੍ਰਾਹਮਣ ਦੇ ਉਸ ਸਾਰੇ ਦੇ, ਹੈਂਜੀ। ਔਰ ਮੈਨੂੰ ਇੱਕ ਹੁਣ ਇਹਨੂੰ ਮੈਂ ਮਜ਼ਾਈ ਅੰਦਾਜ਼ 'ਚ ਵੀ ਗੱਲ ਕਰਦੇ ਹਾਂ, ਜਿਵੇਂ ਅਸੀਂ ਰੋਹਤਾਂਗ ਪਾਸ ਦੀ ਗੱਲ ਕਰਦੇ ਹਾਂ ਹਿਮਾਚਲ 'ਚ, ਕੁੱਲੂ ਮਨਾਲੀ, ਔਰ ਕਿਉਂਕਿ ਬ੍ਰਾਹਮਣ ਦੀ ਗੱਲ ਵਾਰ ਵਾਰ ਕੀਤੀ ਹੈ ਤਾਂ ਇੱਕ ਬੜੀ ਟਰੂ ਘਟਨਾ ਕਿ ਸੰਡੇ ਦੇ ਦਿਨ ਕੁੱਲੂ ਉਦੋਂ ਪੰਜਾਬ ਦਾ ਹਿੱਸਾ ਸੀ, ਸੋ ਬਹੁਤ ਸਾਰੇ ਆਫਿਸਰਸ ਪੰਜਾਬ ਦੇ ਸਿੱਖ ਵੀ ਪੋਸਟਡ ਹੁੰਦੇ ਸੀ, ਸੋ ਇੱਕ CMO, ਇੱਕ ਸਿਵਲ, ਇੱਕ ਜਿਹੜਾ SDO, DFO, ਡਿਸਟ੍ਰਿਕਟ ਫੋਰੈਸਟ ਆਫਿਸਰਸ, ਉਹ 5-7 ਪਰਿਵਾਰ ਇਕੱਠੇ ਹੋ ਕੇ, ਲੋਕਲ ਛੋਟੀਆਂ ਛੋਟੀਆਂ ਬੱਸਾਂ ਸੀ, ਉਹਦੇ 'ਚ ਮਨਾਲੀ ਨੂੰ ਜਾ ਰਹੇ ਸੀ ਕੁੱਲੂ ਤੋਂ, ਅਤੇ ਕੁਦਰਤੀ ਮੋੜ ਜਿੱਥੇ ਪਹਿਲੇ ਬੱਸ ਰੁਕੀ ਉੱਥੇ ਇੱਕ ਪੰਡਿਤ ਜੀ ਵੀ ਆ ਕੇ ਬੈਠ ਗਏ,
ਬੱਸ ਦੇ ਵਿੱਚ ਉਹਨਾਂ ਨੇ ਉੱਥੇ ਦੇ ਪਹਾੜੀ ਬ੍ਰਾਹਮਣ ਜਿਹੜੇ ਨੇ ਉਹ ਪੱਗ ਵੀ ਬੰਨਦੇ ਨੇ ਜੀ, ਬੜਾ ਸਾਰਾ ਤਿਲਕ ਲਾਇਆ ਹੋਇਆ ਔਰ ਪੂਰਾ ਜਿਵੇਂ ਗਲ ਦੇ ਵਿੱਚ ਵੀ ਰੁਦਰਾਕਸ਼ ਪਾਇਆ ਹੋਇਆ, ਤੇ ਜਦੋਂ ਬੈਠੇ ਤੇ ਜਿਵੇਂ ਲੇਡੀਜ਼ ਨੂੰ ਆਦਤ ਹੀ ਹੁੰਦੀ ਹੈ, ਸ਼ਾਇਦ CMO ਦੀ ਵਾਈਫ ਸੀ, ਉਹਨੂੰ ਕਹਿਣ ਲੱਗੀ ਕਿ ਪੰਡਿਤ ਜੀ ਆਜ ਯਾਤਰਾ ਕੇ ਲਈ ਦਿਨ ਕੈਸਾ ਹੈ, ਤੇ ਉਹ ਕਹਿੰਦਾ ਸ਼ੁਭ ਹੈ, ਸ਼ੁਭ ਹੈ, ਬਹੁਤ ਸ਼ੁਭ ਹੈ ਜੀ। ਔਰ ਉਹ ਬੱਸ ਜਿਹੜੀ ਹੈ ਚਾਰ ਕੁ ਮੋੜ ਅੱਗੇ ਗਈ, ਅੱਗੋਂ ਇੱਕ ਹੋਰ ਬੱਸ ਆ ਰਹੀ ਸੀ, ਤੰਗ ਜਿਹੀ ਸੀ, ਮਤਲਬ ਸੜਕਾਂ ਹੁੰਦੀਆਂ ਨੇ, ਉਹ ਬੈਕ ਕਰਨਾ ਚਾਹਿਆ, ਰੋਕਣਾ ਚਾਹਿਆ, ਪਰ ਉਹਨੇ ਜ਼ੋਰ ਦੀ ਬ੍ਰੇਕ ਮਾਰੀ, ਸਾਰੀਆਂ ਕਿ ਸਵਾਰੀਆਂ ਕਿਸੇ ਦਾ ਮੱਥਾ ਅੱਗੇ ਵੱਜਿਆ, ਪੰਡਿਤ ਦੀ ਵੀ ਪੱਗ ਉਹ ਗਈ, ਕਿਸੇ ਦਾ ਸਿਰ ਜ਼ਖਮੀ, ਕਿਸੇ ਦਾ ਕੋਈ ਬਚਾਅ ਹੋ ਗਿਆ, ਕੁਛ ਨਹੀਂ ਜੀ। ਅੱਧਾ ਘੰਟਾ ਸਾਰੇ ਜਦੋਂ ਸੰਭਲੇ ਸੰਭਲੇ ਤਾਂ ਉਹਨੂੰ ਗੁੱਸਾ ਆ ਗਿਆ ਬੀਬੀ ਨੂੰ, ਉਹ ਕਹਿੰਦੀ ਪੰਡਿਤ ਜੀ ਆਪਨੇ ਤੋਂ ਕਿਹਾ ਥਾ ਕਿ ਯਾਤਰਾ ਕੇ ਲਈ ਦਿਨ ਸ਼ੁਭ ਹੈ, ਉਹ ਕਹਿੰਦਾ ਅਰੇ ਤਭੀ ਤੋਂ ਬਚ ਗਏ, ਹੁਣ ਕਰ ਲਓ ਗੱਲ ਤੁਸੀਂ, ਇਹਨਾਂ ਦੇ ਨਾਲ ਵਾਹ ਹੈ ਸਾਡਾ, ਹਾਂ ਤਭੀ ਤੋਂ ਬਚ ਗਏ। ਸ਼ੋਰਟ ਬ੍ਰੇਕ।